ਸੀਗਾ ਜੀ ਬਿਲਕੁਲ ਅਸੀਂ ਵੇਚਣ ਤੇ ਤਿਆਰ ਸੀਗੇ ਇਸ ਟਰੈਕਟਰ ਨੂੰ ਅੱਛਾ ਜੀ ਕਟਾ ਕੇ ਅਜੇ ਆਰਸੀ ਨਹੀਂ ਬਣੀ ਇਹਦੀ ਅੱਜ ਤੁਹਾਨੂੰ ਕੀ ਲੱਗਦਾ ਕਿ ਸਭ ਤੋਂ ਬਰਾਬਰ ਚੱਲੂਗਾ ਕਿ ਉੱਤੇ ਚੱਲੂਗਾ ਬਹੁਤ ਦੂਸਰੀ ਗੱਲ ਇਹ ਆ ਕਿ ਮਾਡਲ ਰਿਐਲਿਟੀ ਬਾਈ ਮਾਲ ਟਰੈਕਟਰ ਹੈ ਯੂਕੇ ਤੋਂ ਕਰਨਵੀਰ ਸਿੰਘ ਅੱਛਾ ਜੀ ਉਹਨਾਂ ਨੇ ਮੈਨੂੰ ਕਿਹਾ ਸੀਗਾ ਤੁਹਾਡੇ ਬਹੁਤ ਵੱਡੇ ਫੈਨ ਨੇ ਅੱਛਾ ਜੀ ਯੂਕੇ ਤੋਂ ਤੇ ਉਹਨਾਂ ਨੇ ਕਿਹਾ ਕਿ ਜਾਣਾ ਜਾਣਾ ਜੱਗੇ ਬੋਸ ਕੋ ਇਹਨੂੰ ਕਰਾਉਣਾ ਤਿਆਰ ਉਹੀ ਇਹਦੇ 'ਚ ਆਫਤ ਪਾਊਗਾ ਠੀਕ ਆ ਟਰੈਕਟਰ ਚਲਾ ਕੇ ਵੇਖਾਂਗੇ ਨੋਰਮਲ ਵੀ ਚਲਾ ਕੇ ਵੇਖਾਂਗੇ ਕਿੱਦਾਂ ਦਾ ਚੱਲਦਾ ਵਾ ਅਗਰ ਆਪਾਂ ਓਵਰ ਇਸ ਟਰੈਕਟਰ ਚਲਾਵਾਂਗੇ ਆਓ ਅੱਜ ਦੀ ਵੀਡੀਓ 'ਚ ਆਪਾਂ ਗੱਲ ਕਰਨ ਲੱਗੇ ਤੁਹਾਡੇ ਨਾਲ ਪਹਿਲੇ ਟਰੈਕਟਰ ਮੋਡੀਫਿਕੇਸ਼ਨ ਦੀ ਸਤਿ ਸ਼੍ਰੀ ਅਕਾਲ ਸਾਰੇ ਕਿਸਾਨ ਭਰਾਵਾਂ ਨੂੰ ਸਾਰੇ ਜ਼ਿਮੀਂਦਾਰ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਆਓ ਅੱਜ ਦੀ ਵੀਡੀਓ 'ਚ ਆਪਾਂ ਗੱਲ ਕਰਨ ਲੱਗੇ ਤੁਹਾਡੇ ਨਾਲ ਪਹਿਲੇ ਟਰੈਕਟਰ ਮੋਡੀਫਿਕੇਸ਼ਨ ਦੀ ਜਿਹੜਾ ਕਿ ਆਪਣੀ ਵਰਕਸ਼ਾਪ ਦੇ ਉੱਤੇ ਪਹਿਲਾ ਟਰੈਕਟਰ ਮੋਡੀਫਾਈ ਹੋਇਆ ਵਾ ਹਿੰਦੁਸਤਾਨ 60 ਦੀ ਔਰ ਗੱਲ ਕਰਾਂਗੇ ਇਸ ਟਰੈਕਟਰ ਦੀ ਪਹਿਲਾਂ ਵੀਡੀਓ ਬਣੀ ਆ ਮੋਡੀਫਿਕੇਸ਼ਨ ਤੋਂ ਬਿਨਾਂ ਕਿੱਦਾਂ ਦਾ ਚੱਲਦਾ ਹੈ ਕਿਸਾਨ ਭਰਾਵਾਂ ਨੂੰ ਪੁੱਛਦੇ ਉਹਨਾਂ ਲਈ ਟਰਾਈ ਔਰ ਹਰ ਵਾਰ ਦੀ ਤਰ੍ਹਾਂ ਇਹ ਟਰੈਕਟਰ ਵੀ ਜਿਹੜਾ ਵਾ 2022 ਮਾਡਲ ਹੈਗਾ ਵਾ ਇਹ ਮਹਿੰਦਰਾ ਦੇ ਨਾਲ ਜਿਹੜਾ ਟਰੈਕਟਰ ਮਹਿੰਦਰਾ ਕੰਪਨੀ ਵੱਲੋਂ ਤਿਆਰ ਕੀਤਾ ਗਿਆ ਉਹ ਹਿੰਦੁਸਤਾਨ ਆ ਪਹਿਲਾ ਹਿੰਦੁਸਤਾਨ ਨਹੀਂ ਹੈਗਾ ਇਹ 5760 HP ਕੈਟਾਗਰੀ ਦੇ ਵਿੱਚ ਟਰੈਕਟਰ ਆ 2022 ਮਾਡਲ ਆ ਵੇਖ ਸਕਦੇ ਹਾਂ ਆਪਾਂ ਕਿੰਨੇ ਘੰਟੇ ਚੱਲਿਆ ਵੀਡੀਓ ਉਹਨਾਂ ਨੂੰ ਪੁੱਛਦੇ ਹਾਂ ਔਰ ਕਿੱਦਾਂ ਦਾ ਚੱਲਿਆ ਵੀ ਪੁੱਛਦੇ ਹਾਂ ਅੱਜ ਕਿੱਦਾਂ ਦਾ ਚੱਲਣ ਡਿਆ ਠੀਕ ਆ ਜੀ ਸਤਿ ਸ਼੍ਰੀ ਅਕਾਲ ਸਰ ਜੀ ਸ਼ੁਭ ਨਾਮ ਭਰਾ ਦਾ ਮੇਰਾ ਨੰਬਰ ਹੈਗਾ ਜੀ ਅਸ਼ਰਫ ਅਸ਼ਰਫ ਖਾਨ ਹਾਂਜੀ ਪਿੰਡ ਮਮੂਨ ਹਾਂਜੀ ਤੇ ਤਹਿਸੀਲ ਪਠਾਨਕੋਟ ਜ਼ਿਲ੍ਹਾ ਉਹ ਵੀ ਪਠਾਨਕੋਟ ਅੱਛਾ ਉਹ ਵੀ ਪਠਾਨਕੋਟ ਆ ਸਭ ਤੋਂ ਪਹਿਲਾਂ ਦੱਸੋ ਵੀ ਇਹ ਟਰੈਕਟਰ ਜਿਹੜਾ ਤੁਸੀਂ ਕੀ ਸੋਚ ਕੇ ਟਰੈਕਟਰ ਲਿਆ ਹਿੰਦੁਸਤਾਨ ਜਿਹੜਾ ਲਿਆ ਬਹੁਤ ਵੇਖਣ ਨੂੰ ਘੱਟ ਲੱਗਦੇ ਆ ਇਹ ਸੋ ਇਹੀ ਇੱਕ ਨਵੀਂ ਤਕਨੀਕ ਦੇਖ ਕੇ ਕਿ ਨਵਾਂ ਕੁਛ ਕਰਾਂਗੇ ਨਵੀਂ ਗੱਡੀ ਆਈ ਹੈ ਨਵਾਂ ਟਰੈਕਟਰ ਆਇਆ ਅੱਛਾ ਜੀ ਕੁਛ ਅਸੀਂ ਸੋਚੇ ਕੁਛ ਵਧੀਆ ਕਰੀਏ ਠੀਕ ਆ ਅਤੇ ਉਸ ਤੋਂ ਬਾਅਦ ਇੱਕ ਮੇਰਾ ਫਰੈਂਡ ਹੈਗਾ ਯੂਕੇ ਤੋਂ ਕਰਨਵੀਰ ਸਿੰਘ ਅੱਛਾ ਜੀ ਉਹਨਾਂ ਨੇ ਮੈਨੂੰ ਕਿਹਾ ਸੀਗਾ ਤੁਹਾਡੇ ਬਹੁਤ ਵੱਡੇ ਫੈਨ ਨੇ ਅੱਛਾ ਜੀ ਯੂਕੇ ਤੋਂ ਅਤੇ ਉਹਨਾਂ ਨੇ ਕਿਹਾ ਕਿ ਜਾਣਾ ਜੱਗੇ ਬੋਸ ਕੋ ਇਹਨੂੰ ਕਰਾਉਣਾ ਤਿਆਰ ਉਹੀ ਇਹਦੇ 'ਚ ਆਫਤ ਪਾਊਗਾ ਠੀਕ ਆ ਸਾਡੇ ਕੋਲ ਆਉਣ ਤੋਂ ਪਹਿਲਾਂ ਟਰੈਕਟਰ ਕਿੱਦਾਂ ਦਾ ਚੱਲਦਾ ਹੈ ਇਹ ਬੋ ਜੀ ਦੂਜੇ ਲੋਅ 'ਚ ਵੀ ਬੰਦ ਹੋ ਜਾਂਦੇ ਸੀਗੇ ਅੱਛਾ ਦੂਜੇ ਲੋਅ 'ਚ ਵੀ ਬੰਦ ਹੋ ਜਾਂਦਾ ਕਾਹਤੇ ਹੱਲਾਂ ਤੇ ਕਿ ਟਰਾਲੀ ਤੇ ਵੀ ਹੱਲਾਂ 'ਤੇ ਵੀ ਠੀਕ ਆ ਉਦਣ ਆਪਾਂ ਲਈ ਸੀ ਟਰਾਈ ਵਗੇ ਖੇਚ ਲਈ ਸੀ ਕਿ ਜਾਂ ਵਗੇ ਬਿਨਾਂ ਬਾਏ ਤੋਂ ਨਹੀਂ ਜਿਹੜੀ ਉਦਣ ਆਪਾਂ ਟਰਾਈ ਲਈ ਸੀ ਹਾਂਜੀ ਵਗਿਆ ਖੇਤ ਸੀ ਨਾ ਇੱਦਾਂ ਵੀ ਹਾਂਜੀ 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 ਅਤੇ ਉਹਦੇ ਵਿੱਚ ਕਿੱਦਾਂ ਦਾ ਟਰੈਕਟਰ ਚੱਲਦਾ ਸੀ ਪਹਿਲੇ ਹਾਈ 'ਚ ਵੀ ਬੰਦ ਹੋ ਗਿਆ ਬੋ ਜੀ ਅੱਜ ਤਾਂ ਬੋ ਜੀ ਨਜ਼ਾਰੇ ਆਫਤ ਪੈ ਗਈ ਹੈ ਅੱਛਾ ਆਫਤ ਪੈ ਗਈ ਹੈ ਅਤੇ ਦੂਸਰੀ ਗੱਲ ਇਹ ਆ ਵੀ ਮਾਡਲ ਰਿਐਲਿਟੀ 22 ਮਾਡਲ ਟਰੈਕਟਰ ਹੈ ਹਾਂਜੀ ਹਾਂਜੀ 22 ਮਾਡਲ ਹੈ 1100 ਘੰਟੇ ਚੱਲਿਆ ਅੱਛਾ 1100 ਘੰਟੇ ਚੱਲਿਆ ਵਾ ਹਾਂਜੀ ਅਤੇ ਮੋਡੀਫਿਕੇਸ਼ਨ ਕਰਾਉਣ ਦੀ ਲੋੜ ਜ਼ਿਆਦਾ ਕੰਮ ਕਿਹੜਾ ਲੈਂਦੇ ਤੁਸੀਂ ਇੱਥੋਂ ਟਰਾਲੀਆਂ ਦਾ ਸਾਡਾ ਰੇਤ ਬਜਰੀ ਦਾ ਕੰਮ ਹੈਗਾ ਅੱਛਾ ਰੇਤ ਬਜਰੀ ਦਾ ਕੰਮ ਜ਼ਿਆਦਾ ਵਾ ਹਾਂਜੀ ਅਤੇ ਬਾਕੀ ਕਿਹੜੇ ਟਰੈਕਟਰ ਤੁਹਾਡੇ ਕੋਲ ਨਾਲ ਵੀਰ ਜੀ ਹੋਣਾ ਸਾਡੇ ਕੋਲ 963 ਨੇ ਅੱਛਾ ਜੀ ਜੋ ਨੋਵੋ ਹੈ ਸਵਰਾਜ 855 ਹੈ ਅੱਛਾ ਅਤੇ 2-3 ਨੇ 855 ਠੀਕ ਆ ਅਤੇ ਹੋਰ ਅਰਜਨ ਨੇ ਬਾਕੀ ਕਿਹੜਾ ਟਰੈਕਟਰ ਬੈਟਰ ਚੱਲਦਾ ਬਿਨਾਂ ਮੋਡੀਫਿਕੇਸ਼ਨ ਤੋਂ ਸਾਡੇ ਹਿਸਾਬ ਨਾਲ ਸਵਰਾਜ 855 ਅਤੇ 963 ਅੱਛਾ ਤੇ ਨੋਵੋ ਵੀ ਠੀਕ ਹੈ ਵੈਸੇ ਅੱਛਾ ਮੋਡੀਫਿਕੇਸ਼ਨ ਤੋਂ ਬਿਨਾਂ ਇਹ ਟਰੈਕਟਰ ਸਭ ਤੋਂ ਥੱਲੇ ਚੱਲਦਾ ਕਿ ਜਾਂ ਕਿੱਦਾਂ ਨਾਲ ਚੱਲਦਾ ਥੱਲੇ ਬਿਲਕੁਲ ਜ਼ੀਰੋ ਲੈਵਲ ਤੇ ਸੀਗਾ ਟਰੈਕਟਰ ਅੱਜ ਤੁਹਾਨੂੰ ਕੀ ਲੱਗਦਾ ਕਿ ਸਭ ਤੋਂ ਬਰਾਬਰ ਚੱਲੂਗਾ ਕਿ ਉੱਤੇ ਚੱਲੂਗਾ ਬਹੁਤ ਇਹ ਸਭ ਤੋਂ ਹਾਈ ਲੈਵਲ 'ਤੇ ਇਸਲੇ ਬਿਲਕੁਲ ਸੱਚ ਕਹੀ ਤੇ ਹਾਈ ਲੈਵਲ 'ਤੇ ਇਸਲੇ ਠੀਕ ਹੈ ਅੱਜ ਹਾਈ ਲੈਵਲ 'ਤੇ ਚੱਲੂਗਾ ਇਹ ਜ਼ੀਰੋ 'ਤੇ ਟਰੈਕਟਰ ਆਇਆ ਸੀਗਾ ਜੀ ਬਿਲਕੁਲ ਅਸੀਂ ਵੇਚਣ 'ਤੇ ਤਿਆਰ ਸੀਗੇ ਇਸ ਟਰੈਕਟਰ ਨੂੰ ਅੱਛਾ ਜੀ ਕਟਾ ਕੇ ਅਸੀਂ ਆਰਸੀ ਨਹੀਂ ਬਣੀ ਇਹਦੀ ਅੱਛਾ ਆਰਸੀ ਨਹੀਂ ਬਣੀ ਇਹਨੂੰ ਵਿੱਚ ਕਟਾ ਕੇ ਕੋਈ ਸਵਰਾਜ 855 ਲੈਣ ਨੂੰ ਤਿਆਰ ਸੀਗੇ ਠੀਕ ਆ ਪਰ ਹੁਣ ਆਫਤ ਪੈ ਗਈ ਹੁਣ ਲਓਗੇ ਟਰੈਕਟਰ ਕਿ ਨਹੀਂ ਨਹੀਂ ਹੁਣ ਇਹੀ ਚਲਾਵਾਂਗੇ ਬਾਕੀ ਫਿਟਿੰਗ ਜਿਹੜੀ ਆ ਵੈਲਡਿੰਗ ਕਿੰਨਾ ਕੁ ਕੀਤਾ ਗਿਆ ਟਰਬੋ ਲਾਉਣ ਲੱਗਿਆ ਕੋਈ ਵੈਲਡਿੰਗ ਨਹੀਂ ਹੈ ਕੰਪਨੀ ਫਿਟਿਡ ਹੈ ਬਿਲਕੁਲ ਤੁਹਾਨੂੰ ਲੱਗਦਾ ਕਿ ਟਰਬੋ ਦੁਬਾਰਾ ਲੱਗੀ ਆ ਕੋਈ ਪਤਾ ਨਹੀਂ ਲੱਗਦਾ ਬਿਲਕੁਲ ਪੂਰੇ ਨਜ਼ਾਰੇ ਪੂਰੇ ਨਜ਼ਾਰਾ ਆਉਂਦਾ ਬਿਲਕੁਲ ਪੇਂਟ ਵੀ ਨਾਲ ਦਾ ਕੀਤਾ ਆਪਾਂ ਠੀਕ ਆ
ਕਿਸੇ ਵੀ ਤਰ੍ਹਾਂ ਦੀ ਵੱਢ ਟੁੱਕ ਜਿਹੜੀ ਉਹ ਟਿਕਟ ਦੇ ਨਾਲ ਨਹੀਂ ਕੀਤੀ ਗਈ, ਨਾ ਕੋਈ ਵੈਡਿੰਗ ਯੂਜ ਕੀਤਾ ਗਿਆ ਇੱਦਾਂ ਹੀ। ਹਾਂਜੀ ਹਾਂਜੀ ਠੀਕ ਆ ਜੀ। ਅਤੇ ਬਾਕੀ ਆਪਾਂ ਪਹੁੰਚੇ ਹਾਂ ਮਧਰੇ, ਅੱਜ ਜਿੰਨੀਆਂ ਵੀਡੀਓ ਆ ਰਹੀਆਂ ਵਾ, ਅੱਗੇ ਵੀ ਤੁਹਾਡੇ ਨਾਲ ਗੱਲ ਕੀਤੀ ਕਿ ਜਿੰਨੀਆਂ ਵੀਡੀਓ ਵੇਖਣ ਡੇ ਆਪਾਂ, ਜਿਹੜੇ ਕਬੱਡੀ ਦੇ ਜਿੰਨੇ ਵੀ ਸਾਡੇ ਭਰਾ ਹੋਣਗੇ ਨਾ, ਜਿਹੜੇ ਕਬੱਡੀ ਨਾਲ ਰਿਲੇਟਡ ਬੰਦੇ ਕਬੱਡੀ ਨੂੰ ਪਿਆਰ ਕਰਦੇ ਆ, ਬਾਬਾ ਨਾਮ ਦੇ ਸਪੋਰਟਸ ਕਲੱਬ ਦੀ ਟੀਮ ਦਾ ਨਾਂ ਸੁਣਿਆ ਹੋਊਗਾ ਉਹਨਾਂ ਭਰਾਵਾਂ ਨੇ, ਉਹਨਾਂ ਦੇ ਵਿੱਚ ਜਿਹੜੇ ਦੋ ਕਬੱਡੀ ਸਟਾਰ ਆ ਜਸ ਅਤੇ ਮਦ ਬੰਟੀ ਵੀਰ ਸਾਡਾ, ਜਿਹੜੇ ਕਿ ਬੜੇ ਤਕੜੇ ਸਟਾਪਰ ਵਾ, ਇਸੇ ਗਰਾਊਂਡ ਦੇ ਵਿੱਚ ਖੇਡ ਕੇ ਉਹ ਇਸ ਟਾਈਮ ਅੰਤਰਰਾਸ਼ਟਰੀ ਜਿਹੜਾ ਵਾ ਪਲੇਅਰ ਬਣ ਚੁੱਕੇ ਆ, ਇਸੇ ਗਰਾਊਂਡ ਦੇ ਵਿੱਚ ਖੇਡਦੇ। ਅਤੇ ਅੱਜ ਗਰਾਊਂਡ ਵੀ ਆਪਾਂ ਤਾਂ ਹੀ ਬਾਹਰ ਰਹੇ ਕਿ ਥੋੜ੍ਹੇ ਟਾਈਮ ਬਾਅਦ ਇੱਥੇ ਟੂਰਨਾਮੈਂਟ ਹੋਊਗਾ, ਔਰ ਸਾਡੇ ਬਾਜਵਾ ਸਾਹਿਬ ਪਹੁੰਚੇ ਆ, ਕਰਾਹ ਦੀ ਸੇਵਾ ਕਰਨ ਡੇ, ਗੁਰਦੁਆਰਾ ਸਾਹਿਬ ਵੀ ਸਾਹਮਣੇ ਆ, ਜਿੰਨੇ ਭਰਾ ਪਹੁੰਚੇ ਆ ਸਭ ਤੋਂ ਪਹਿਲਾਂ ਤਾਂ ਇਹਨਾਂ ਦਾ ਵੈਲਕਮ, ਬਹੁਤ ਬਹੁਤ ਧੰਨਵਾਦ ਕਿ ਕੋਈ ਸਵੇਰ ਦਾ ਪਾਣੀ ਧਾਣੀ ਠੰਡਾ ਤੱਤਾ ਸਭ ਚੱਲਣ ਡਿਆ ਵਾ, ਅਤੇ ਸਾਡੇ ਮੰਨਾ ਭਾਈ ਵੀ ਨਾਲ ਹੀ ਸਾਡੇ ਵੇਖਣ ਡੇ ਵੇਖਣ ਡੇ ਤੁਸੀਂ, ਅਤੇ ਸਰਦਾਈ ਜਿਹੜੀ ਉਹ ਲੱਗੀ ਹੈ ਚੱਲਣ, ਅਤੇ ਹੁਣ ਲੱਗੇ ਆਪਾਂ ਪਹਿਲੇ ਹਾਈ ਦੇ ਵਿੱਚ ਟਰਾਈ ਲਵਾਂਗੇ, ਚੌਥੇ ਲੋਜ ਵੀ ਲਵਾਂਗੇ, ਓਵਰ ਰੇਸ ਵੀ ਟਰੈਕਟਰ ਚਲਾ ਕੇ ਵੇਖਾਂਗੇ, ਨੋਰਮਲ ਵੀ ਚਲਾ ਕੇ ਵੇਖਾਂਗੇ ਕਿੱਦਾਂ ਦਾ ਚੱਲਦਾ ਵਾ। ਅਗਰ ਆਪਾਂ ਓਵਰ ਰੇਸ ਟਰੈਕਟਰ ਚਲਾਵਾਂਗੇ, ਟਰੈਕਟਰ ਜਿਹੜੇ ਇਹਦੇ ਨਾਲ ਜਿਸ ਤਰੀਕੇ ਨਾਲ ਇਹਨੂੰ ਮੋਡੀਫਾਈ ਕੀਤਾ ਹੋਇਆ ਵਾ, ਟਰੈਕਟਰ ਥੋੜ੍ਹੀ ਸਮੋਕ ਕੱਢੇਗਾ ਪਰ ਪਾਵਰ ਬੇਹੱਦ ਲਾਏਗਾ। ਅਗਰ ਆਪਾਂ ਨੋਰਮਲ ਲੋਡ ਪਾਵਾਂਗੇ, ਟਰੈਕਟਰ ਬਿਲਕੁਲ ਸਮੋਕ ਨਹੀਂ ਮਾਰੂਗਾ, ਬਹੁਤ ਵਧੀਆ ਚੱਲੂਗਾ, ਕਹਿਣ ਦਾ ਮਤਲਬ ਕਿ ਜਿੱਦਾਂ ਦਾ ਜ਼ੋਰ ਲਵਾਵਾਂਗੇ ਆਟੋਮੈਟਿਕ ਆਪਣੀ ਪਾਵਰ ਟਰੈਕਟਰ ਵਧਾਏਗਾ। ਠੀਕ ਆ ਜੀ। ਹੋਰ ਬਾਜਵਾ ਸਾਹਿਬ ਠੀਕ ਠਾਕ ਜੇ? ਤੁਹਾਡੇ ਪਿੰਡ ਪਹੁੰਚੇ ਇੰਨਾ ਪਿਆਰ ਦੇਣ ਲਈ ਬਹੁਤ ਬਹੁਤ ਧੰਨਵਾਦ ਭਰਾ ਦਾ। ਜਿੰਨੇ ਆ ਪਹਿਲੇ ਹਾਈ ਦੇ ਵਿੱਚ ਗੇੜਾ, ਸਤਨਾਮ ਹੈ, ਸੌਰੀ ਪਹਿਲਾ ਆਈ ਆ,
जिन्हें वेखना चला लो आगे
करना है। 16 तारीख को आए मंडल को आए संग्राम का जो है